ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਦੇ ਲਈ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਥਾਣਾ ਖੇਤਰ ਤੋਂ 2 ਤਸਕਰਾਂ ਕੋਲੋਂ 1 ਕਿਲੋ ਹੈਰਮ ਜ਼ਬਤ ਕਰਕੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮੌਕੇ 'ਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ ਪਿੰਡ ਨੂਰਪੁਰ ਹਕੀਮਾ ਧਰਮਕੋਟ ਮੋਗਾ ਅਤੇ ਉਨ੍ਹਾਂ ਦੇ ਸਾਥੀ ਰਣਜੀਤ ਸਿੰਘ ਵਾਸੀ ਵਾਰਡ ਨੰਬਰ 1 ਮਹਿਤਪੁਰ ਜਲੰਧਰ ਵਜੋਂ ਹੋਈ ਹੈ। ਗਰੋਹ ਦਾ ਮੁਖੀ ਨਾਈਜੀਰੀਅਨ ਸਮਗਲਰ ਵੈਕਟਰ ਕਪੂਰਥਲਾ ਜੇਲ੍ਹ ਵਿੱਚੋਂ ਫੋਨ ਰਾਹੀਂ ਇਹ ਨੈੱਟਵਰਕ ਚਲਾ ਰਿਹਾ ਸੀ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ AIG ਕਾਊਂਟਰ ਇੰਟੈਲੀਜੈਂਸ ਜਲੰਧਰ ਦੇ ਹਰਕਮਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਹੈਗੀ ਉਹ ਬਾਦਸਤੂਰ ਜਾਰੀ ਹੈ। ਕੱਲ੍ਹ ਕਾਊਂਟਰ ਇੰਟੈਲੀਜੈਂਸ ਜਲੰਧਰ ਵਿੱਚੋਂ ਇੱਕ ਇਤਲਾਹ ਮਿਲੀ ਸੀ ਕਿ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚ ਕੋਈ ਨਸ਼ੇ ਦੀ ਖੇਪ ਹੋ ਆ ਰਹੀ ਹੈ। ਇਨਫੋਰਮੇਸ਼ਨ ਪੁਖਤਾ ਹੋਣ ਕਰਕੇ ਇਮੀਡੀਏਟਲੀ ਕਪੂਰਥਲਾ SSP ਜੀ ਨਾਲ ਸ਼ੇਅਰ ਕੀਤੀ ਗਈ। ਜੁਆਇੰਟ ਟੀਮਸ ਨੇ ਕਾਊਂਟਰ ਇੰਟੈਲੀਜੈਂਸ ਔਰ ਸੁਲਤਾਨਪੁਰ ਲੋਧੀ ਦੀ ਪੁਲਿਸ ਸਟੇਸ਼ਨ ਦੀ ਟੀਮ ਨੇ ਨਾਕਾਬੰਦੀ ਕਰਕੇ ਇੱਕ ਟਾਟਾ ਸੂਮੋ ਗੱਡੀ ਰੋਕੀ ਅਤੇ ਉਹਦੀ ਜਦੋਂ ਚੈਕਿੰਗ ਕੀਤੀ 2 ਸਮਗਲਰ ਉਹਦੇ ਵਿੱਚੋਂ ਅਰੈਸਟ ਕੀਤੇ ਗਏ। ਚੈਕਿੰਗ ਦੌਰਾਨ ਜਿਹੜਾ ਗੇਅਰ ਹੈਂਡ ਬ੍ਰੇਕ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਇੱਕ ਕੈਵਿਟੀ ਬਣਾਈ ਸੀ। ਦੇਖਣ ਨੂੰ ਤਾਂ ਹੈਂਡ ਬ੍ਰੇਕ ਲੱਗਦਾ ਸੀ ਪਰ ਉਹਦੇ ਥੱਲੇ ਉਹਨਾਂ ਨੇ ਇੱਕ ਨਟ ਨੁੱਟ ਕੱਸ ਕੇ ਇੱਕ ਕੈਵਿਟੀ ਬਣਾਈ ਸੀ ਜਿਹਦੇ ਵਿੱਚ 1 ਕਿਲੋ ਹੈਰੋਇਨ ਜਿਹੜੀ ਹੈਗੀ ਉਹ ਕੈਪਸੂਲ ਦੇ ਸ਼ੇਪ ਦੇ ਵਿੱਚ ਜਿਹੜੀ ਆ ਉਹ ਰੱਖੀ ਹੋਈ ਸੀ ਹਿਡਨ ਕਰਕੇ ਅਤੇ 250 ਗ੍ਰਾਮ ਦੇ 4 ਕੈਪਸੂਲ ਜਿਹੜੇ ਹੈਗੇ ਆ ਉਹ ਰਿਕਵਰ ਕੀਤੇ ਗਏ। ਜਦੋਂ ਇਹਨਾਂ ਦੀ ਇਨੀਸ਼ੀਅਲ ਇੰਟੈਰੋਗੇਸ਼ਨ ਕੀਤੀ ਗਈ ਤਾਂ ਬੜਾ ਜਿਹੜਾ ਸੈਂਸੇਸ਼ਨਲ ਗੱਲ ਜਿਹੜੀ ਉਹ ਸਾਹਮਣੇ ਆਈ। ਇਹ ਬੰਦੇ ਜਿਹੜੇ ਹੈਗੇ ਆ ਇਹਨਾਂ 'ਚੋਂ ਇੱਕ ਧਰਮਕੋਟ ਏਰੀਏ ਦਾ ਔਰ ਇੱਕ ਜਿਹੜਾ ਹੈਗਾ ਉਹ ਮਹਿਤਪੁਰ ਏਰੀਏ ਦਾ ਸਮਗਲਰ ਸੀ। ਇਹ ਪਹਿਲਾਂ ਬੇਲ ਆਊਟ ਹੋਏ ਆ, ਇਹ ਫਿਰੋਜ਼ਪੁਰ ਜੇਲ੍ਹ 'ਚ ਰਹੇ। ਇਹਨਾਂ ਦਾ ਇੱਕ ਕੋਈ ਸਾਥੀ ਸੀ ਜਿਹੜਾ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਇੱਕ ਨਾਈਜੀਰੀਅਨ ਦੇ ਕੰਟੈਕਟ 'ਚ ਆਇਆ। ਜਦੋਂ ਉਹ ਜਮਾਤ ਦੇ ਬਾਹਰ ਗਿਆ ਤਾਂ ਉਹਨੇ ਇਹਨਾਂ ਦਾ ਕਨੈਕਸ਼ਨ ਉਸ ਨਾਈਜੀਰੀਅਨ ਦੇ ਨਾਲ ਕਰਵਾ ਦਿੱਤਾ। ਇਹ ਵਿਕਟਰ ਨਾਂ ਦਾ ਇੱਕ ਨਾਈਜੀਰੀਅਨ ਹੈਗਾ ਜਿਹੜਾ ਇਸ ਵੇਲੇ ਕਪੂਰਥਲਾ ਜੇਲ੍ਹ 'ਚ ਬੰਦ ਸੀਗਾ, ਉਹ ਇਸ ਸਾਰੇ ਕਾਂਡ ਦਾ ਕਿੰਗ ਪਿੰਨ ਨਿਕਲਿਆ। ਵਿਕਟਰ ਨਾਂ ਦਾ ਉਹ ਕਪੂਰਥਲਾ ਦੇ ਵਿੱਚੋਂ ਮੋਬਾਈਲ ਫੋਨ ਰਾਹੀਂ ਜਿਹੜਾ ਹੈਗਾ ਆ ਉਹ ਇਹ ਚਲਾ ਰਿਹਾ ਸੀਗਾ ਨਸ਼ੇ ਦਾ ਨੈਟਵਰਕ। ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਇੰਟੈਰੋਗੇਸ਼ਨ ਦੇ ਦੌਰਾਨ ਹੀ ਜੇਲ੍ਹ ਅਥਾਰਟੀਜ਼ ਹਾਇਰ ਜੇਲ੍ਹ ਅਥਾਰਟੀਜ਼ ਨਾਲ ਸ਼ੇਅਰ ਕੀਤੀ ਗਈ। ਉਹਨਾਂ ਨੇ ਬੜਾ ਕੁਇਕ ਟਾਈਮਲੀ ਐਕਸ਼ਨ ਕਰਕੇ ਛਾਪੇਮਾਰੀ ਕੀਤੀ ਇਹਦੇ ਕੰਪਾਊਂਡ ਦੇ ਵਿੱਚ ਜਿੱਥੇ ਵਿਕਟਰ ਬੰਦ ਸੀਗਾ, ਅਤੇ ਉੱਥੋਂ 2 ਮੋਬਾਈਲ ਫੋਨ ਔਰ ਸਿਮ ਕਾਰਡ ਜਿਹੜਾ ਹੈਗਾ ਇਹ ਤੋਂ ਰਿਕਵਰ ਕੀਤੇ ਉਹਨਾਂ ਨੇ। ਔਰ ਉਹਨਾਂ ਨੇ ਇੱਕ ਸੈਪਰੇਟ ਜਿਹੜਾ ਜੋ ਜੇਲ੍ਹ ਮੈਨੂਅਲ ਦੇ ਤਹਿਤ ਇਹਦੇ ਉੱਪਰ ਇੱਕ FIR ਵੱਖਰੀ ਰਜਿਸਟਰ ਕੀਤੀ ਕਰਾਈ। ਇਸ ਕੇਸ ਦੇ ਵਿੱਚ ਵੀ ਉਹਨੂੰ ਪ੍ਰੋਡਕਸ਼ਨ ਬੈਂਡ 'ਤੇ ਲਿਆਂਦਾ ਜਾਊਗਾ ਤਾਂ ਕਿ ਜੋ ਇਹ ਸਾਰੀ ਜਿਹੜੀ ਖੇਪ ਹੈਗੀ ਆ ਇਹ ਦਿੱਲੀ ਤੋਂ ਇਹ ਮੁੰਡੇ ਦੋਨੇ ਲੈ ਕੇ ਆਏ ਸੀ ਜਿਹੜੀ ਫੜੀ ਗਈ ਹੈ। ਅਤੇ ਹੁਣ ਦਿੱਲੀ ਦਾ ਜਿਹੜਾ ਮਡੂਲ ਹੈਗਾ ਆ ਇਹ ਵਿਕਟਰ ਜਿਹੜਾ ਨਾਈਜੀਰੀਅਨ ਉੱਥੋਂ ਕਿਹੜੇ ਕਿਹੜੇ ਬੰਦਿਆਂ ਨੂੰ ਇਨਵੋਲਵ ਕਰਕੇ ਸਮਗਲਿੰਗ ਕਰਾਉਂਦਾ ਸੀਗਾ ਪੰਜਾਬ ਦੇ ਵਿੱਚ, ਉਹਦੇ ਲਈ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ STF ਨਾਲ ਵੀ ਸ਼ੇਅਰ ਕੀਤੀ ਗਈ ਹੈ। ਔਰ ਸਾਰੀਆਂ ਹੀ ਸਾਰੇ ਜਿੰਨੀਆਂ ਏਜੰਸੀਜ਼ ਹੈਗੀਆਂ ਇਹ ਕੰਬਾਈਨਡ ਐਫਰਟ ਕਰ ਰਹੀਆਂ ਨੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚੋਂ ਇਹ ਨਸ਼ੇ ਦਾ ਕੋਡ ਹੈਗਾ ਇਹਨੂੰ ਜਲਦੀ ਤੋਂ ਜਲਦੀ ਖਤਮ।